ਸੁਇਟ ਮਾਰਡਨ ਦੀ ਪੁਸਤਕ ਕਰੋੜਪਤੀ ਕਿਵੇਂ ਬਣਿਏ ਤੁਹਾਡੇ ਕੋਲ ਕੋਈ ਪੂੰਜੀ ਨਹੀਂ ਪਰ ਇਸ ਨਾਲ ਕੀ ਤੁਸੀਂ ਚਿੰਤਾ ਨਾ ਕਰੋ ਬਿਨਾਂ ਕਿਸੇ ਪੂੰਜੀ ਦੇ ਤੁਸੀਂ ਕਰੋੜਪਤੀ ਬਣ ਸਕਦੇ ਹੋ ਦੌਲਤ ਤੁਹਾਡੇ ਕਦਮਾਂ ਵਿੱਚ ਝੂਮ ਸਕਦੀ ਹੈ ਤੁਸੀਂ ਇਸ ਪੁਸਤਕ ਨੂੰ ਪੜ੍ਹਨਾ ਸਹੀ ਲੇਖ ਹੈ ਸੰਕਲਪ ਦਾ ਮਹੱਤਵ ਅਜੇ ਵਿਅਕਤੀ ਬਹੁਤ ਮੁਸ਼ਕਲ ਨਾਲ ਮਿਲਣਗੇ ਜੋ ਇਹ ਕਹਿਣ ਕਿ ਮੈਂ ਫਲਾਣਾ ਕੰਮ ਕਰਾਂਗਾ ਕਹਿਣ ਦੇ ਬਾਅਦ ਉਹ ਕਰਕੇ ਦਿਖਾ ਦੇਵੇ ਅਕਸਰ ਮਨੁੱਖ ਭਾਵਨਾ ਦੇ ਵੇਗ ਚਾਕੇ ਕਹਿ ਬਹੁਤ ਜਾਂਦਾ ਹੈ ਪਰ ਕਰਦੇ ਸਮੇਂ ਪਿੱਛੇ हट ਜਾਂਦੇ ਲੋਕ ਇਸੇ ਵਿਹਾਰ ਨੂੰ ਡਿੰਗਾ ਮਾਰਨਾ ਕਹਿੰਦੇ ਹਨ ਆਮ ਤੌਰ ਤੇ ਸਧਾਰਨ ਜੀਵਨ ਵਿੱਚ ਵੀ ਇਹ ਹੀ ਦੇਖਿਆ ਜਾਂਦਾ ਹੈ ਕੁਝ ਕਹਾਵਤਾਂ ਵੀ ਇਸ ਪ੍ਰਕਾਰ ਹੈ ਜੋ ਕੁੱਤਾ ਭੌਂਕਦਾ ਹੈ ਵੱਡਦਾ ਨਹੀਂ ਬਹੁਤਾ ਗਰਜਣ ਵਾਲੇ ਵਰਸਦੇ ਨਹੀਂ ਵਰਸਣ ਵਾਲੇ ਬੱਦਲ ਖਾਮੋਸ਼ ਰਹਿੰਦੇ ਹਨ ਵਰਸ ਕੇ ਚਲੇ ਜਾਂਦੇ ਹਨ ਅਦਾ ਭਰਿਆ ਪਾਂਡਾ ਬੜੀ ਆਵਾਜ਼ ਕਰਦਾ ਜਦ ਕਿ ਭਰਿਆ ਪਾਂਡਾ ਖਾਮੋਸ਼ ਰਹਿੰਦਾ ਜੋ ਲੋਕ ਕਹਿੰਦੇ ਨੇ ਉਹ ਕਰਦੇ ਨਹੀਂ ਕਥਨੀ ਤੇ ਕਰਨੀ ਦਾ ਮੇਲ ਅਕਸਰ ਨਹੀਂ ਬੈਠਦਾ ਇਸ ਲਈ ਜਦੋਂ ਕੋਈ ਕਹਿੰਦਾ ਹੈ ਕਿ ਮੈਂ ਫਲਾਣਾ ਕੰਮ ਕਰਕੇ ਰਹਾਗਾ ਤਾਂ ਸਹਿਜ ਉਸ ਉੱਤੇ ਵਿਸ਼ਵਾਸ ਨਹੀਂ ਹੁੰਦਾ ਇਸੇ ਕਾਰਨ ਅਜਿਹੇ ਵਿਅਕਤੀ ਬਹੁਤ ਘੱਟ ਮਿਲਣਗੇ ਜੋ ਆਪਣੀ ਕਈ ਗੱਲ ਨੂੰ ਪੂਰਾ ਕਰਕੇ ਦਿਖਾਉਣ ਆਖਿਰਕਾਰਨ ਕੀ ਹੈ ਆਮ ਤੌਰ ਤੇ ਉਤਸ਼ਾਹ ਜਾਂ ਭਾਵਨਾਵਾਂ ਚ ਡੁੱਬ ਕੇ ਉਹ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਨਾ ਕਰ ਦਿੰਦੇ ਆ ਫਿਰ ਖਾਮੋਸ਼ ਹੋ ਜਾਂਦੇ ਆ ਆਦਮੀ ਜਦੋਂ ਮਰਦਾ ਹੈ ਤਾਂ ਪਾਸ ਪੜੋਸ ਦੇ ਸਭ ਆਦਮੀ ਮੌਤ ਦੀ ਅਜੈਤਾ ਨੂੰ ਮੰਨਦੇ ਆ ਆਪਣਾ ਵੀ ਨਾਸ਼ਵਾਨ ਸਰੀਰ ਸਵੀਕਾਰ ਕਰਦੇ ਆ ਅਰੇ ਇੱਕ ਦਿਨ ਤਾਂ ਸਾਨੂੰ ਸਭ ਨੂੰ ਮਰਨਾ ਹੈ ਫਿਰ ਇਸ ਦੁਨੀਆ ਦੇ ਮੋਹ ਮਾਇਆ ਦੀ ਚਰਚਾ ਹੁੰਦੀ ਹੈ ਸੰਪੂਰਨ ਜਗਤ ਨੂੰ ਮਿੱਥਿਆ ਮੰਨਿਆ ਜਾਂਦਾ ਹੈ ਸਭ ਮਾਇਆ ਮੋਦਾ ਖੇਲ ਹੈ ਇਹ ਸਭ ਸਵੀਕਾਰ ਕਰਦੇ ਆ ਇਸ ਤੋਂ ਬਾਅਦ ਵੀ ਆਪਣੇ ਆਪਣੇ ਘਰ ਜਾ ਕੇ ਸਭ ਕੁਝ ਭੁੱਲ ਜਾਂਦੇ ਆ ਉਸੇ ਮੋਹ ਮਾਇਆ ਚੁੱਲਜ ਕੇ ਰਹਿ ਜਾਂਦੇ ਆ ਇਸ ਪ੍ਰਕਾਰ ਦੀ ਦਸ਼ਾ ਨੂੰ ਸ਼ਮਸ਼ਾਨ ਵੈਰਾਗ ਕਿਹਾ ਗਿਆ ਹੈ ਮਨੁੱਖ ਦੀ ਦਸ਼ਾ ਦਾ ਕਾਰਨ ਹੈ ਉਹਦੀ ਸੰਕਲਪ ਦੀ ਦੁਰਬਲਤਾ ਕਹਿਣਾ ਬੜਾ ਸਰਲ ਹੈ ਕੋਈ ਗੱਲ ਕੈਂਚ ਕੀ ਲੱਗਦਾ ਹੈ ਜ਼ਬਾਨ ਆਪਣੀ ਹੈ ਤਪਾਕ ਨਾਲ ਕਹਿ ਦਿਓ ਮੈਂ ਇਹ ਕਰ ਦਵਾਂਗਾ ਮੈਂ ਉਹ ਕਰ ਦਵਾਂਗਾ ਦੁਨੀਆ ਭਰ ਦੀਆਂ ਗੱਲਾਂ ਇਹ ਕਰਦੇ ਸਮੇਂ ਟਾਈਮ ਟਾਈਮ ਫਿਸ ਫਿਰ ਮਨ ਦੀ ਭਾਵਕਤਾ ਸਮਾਪਤ ਹੋ ਜਾਂਦੀ ਹੈ ਆਦਮੀ ਟਾਲ ਮਟੋਲ ਕਰਨ ਲੱਗ ਜਾਂਦਾ ਹੈ ਦੇਖਿਆ ਜਾਏਗਾ ਫਿਰ ਨਾ ਕਰਨ ਦੇ ਲੱਖ ਬਹਾਨੇ ਕੱਢ ਲੈਂਦਾ ਹੈ ਕੰਮ ਨੂੰ ਅੱਗੇ ਟਾਲਣਾ ਸ਼ੁਰੂ ਕਰਦਾ ਹੈ ਵੀ ਕੱਲ ਦੇਖਾਂਗੇ ਜਾਂ ਫਲਾਣੇ ਦਿਨ ਤੋਂ ਸ਼ੁਰੂ ਕਰਾਂਗੇ ਇਸ ਪ੍ਰਕਾਰ ਸਮਾਪਤੀਤ ਕਰਨ ਲੱਗ ਇਦੋਂ ਸਮੇਂ ਦੀ ਪਰਤ ਤੇ ਪਰਤ ਪੈਣ ਲੱਗਦੀ ਹੈ ਉਸ ਕੰਮ ਨੂੰ ਉਹ ਭੁੱਲ ਜਾਂਦਾ ਹੈ ਇਸ ਪ੍ਰਕਾਰ ਸਾਰਾ ਖੇਲ ਖਤਮ ਅਜਿਹਾ ਵਿਹਾਰ ਕਰਨਾ ਕਹਿ ਕੇ ਕੰਮ ਨੂੰ ਨਾ ਕਰਨਾ ਆਮ ਤੌਰ ਤੇ ਮਨੁੱਖ ਦਾ ਸੁਭਾਅ ਬਣ ਜਾਂਦਾ ਹੈ ਮਨੋਵਿਗਿਆਨਕ ਇਹਨੂੰ ਆਮ ਤੌਰ ਤੇ ਸਭ ਵਿਅਕਤੀਆਂ ਦੀ ਚਰਿੱਤਰ ਕਮਜ਼ੋਰੀ ਮੰਨਦੇ ਹੈ ਇਹ ਕਮਜ਼ੋਰੀ ਲਗਭਗ ਹਰੇਕ ਵਿਅਕਤੀ 'ਚ ਪਾਈ ਜਾਂਦੀ ਹੈ ਇਸੇ ਆਧਾਰ ਤੇ ਇਸ ਗੱਲ ਨੂੰ ਕਿਹਾ ਗਿਆ ਹੈ ਕਿ ਇਸ ਦੁਨੀਆ ਵਿੱਚ ਵਿਰਲੇ ਹੀ ਅਜਿਹੇ ਆਦਮੀ ਹੋਣਗੇ ਜੋ ਕਹਿਣ ਤੋਂ ਬਾਅਦ ਪੂਰਾ ਕਰਕੇ ਵਿਖਾਉਂਦੇ ਹੈ ਕਿਸੇ ਗੱਲ ਨੂੰ ਕਹਿਣਾ ਜਾਂ ਸੋਚਣਾ ਬੜਾ ਸੌਖਾ ਹੈ ਕਰਕੇ ਦਿਖਾਉਣਾ ਜਾਂ ਸাকার ਰੂਪ ਦੇ ਪਾਉਣਾ ਬੜਾ ਔਖਾ ਹੈ ਇਹਦਾ ਕਾਰਨ ਹੈ ਸੰਕਲਪ ਦੀ ਘਾਟ ਹਰ ਇੱਕ ਸੋਚੇ ਜਾਂ ਕਹੇ ਕੰਮ ਨੂੰ ਪੂਰਾ ਕਰਨ ਦੇ ਲਈ ਸੰਕਲਪ ਦੀ ਜ਼ਰੂਰਤ ਪੈਂਦੀ ਹੈ ਤੇ ਦੋ ਸੰਕਲਪ ਨਹੀਂ ਹੁੰਦਾ ਤਾਂ ਸੋਚਿਆ ਜਾਂ ਕਿਹਾ ਗਿਆ ਕੰਮ ਸਿਰਫ ਹਵਾ 'ਚ ਤੈਰ ਕੇ ਰਹਿ ਜਾਂਦਾ ਹੈ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸ ਪ੍ਰਕਾਰ ਦੇ ਹਨ ਜੋ ਕਰੋੜਪਤੀ ਬਣਨ ਦੀ ਸੋਚਦੇ ਹਨ ਬਹੁਤ ਸਾਰੇ ਲੋਕ ਕਹਿ ਵੀ ਦਿੰਦੇ ਹਨ ਕਿ ਅਸੀਂ ਜੀ ਕੀ ਗੱਲ ਕਰਦੇ ਹੋ ਦੇਖ ਲੈਣਾ ਇੱਕ ਦਿਨ ਮੈਂ ਕਰੋੜਪਤੀ ਬਣ ਕੇ ਰਹਾਗਾ ਬੱਸ ਇਹ ਤੋਂ ਬਾਅਦ ਮਾਮਲਾ ਠੰਡਮ ਠੰਡਾ ਅਮਰੀਕਾ ਦੇ ਇਬਰਾਹਿਮ ਲਿੰਕਨ ਨੇ 22 ਸਤੰਬਰ 1862 ਨੂੰ ਆਜ਼ਾਦੀ ਦੀ ਘੋਸ਼ਣਾ ਪੱਤਰ ਤਿਆਰ ਕੀਤਾ ਉਸੇ ਸਮੇਂ ਆਪਣੀ ਡਾਇਰੀ 'ਚ ਲਿਖਿਆ ਮੈਂ ਈਸ਼ਵਰ ਦੇ ਸਾਹਮਣੇ ਇਸ ਗੱਲ ਦੀ ਪ੍ਰਤੀਗਿਆ ਕਰਦਾ ਕਿ ਆਜ਼ਾਦੀ ਦੀ ਘੋਸ਼ਣਾ ਕਰਕੇ ਰਹਾਗਾ ਆਖਿਰ ਇਹ ਹੋਇਆ ਇਬਰਾਹਿਮ ਲਿੰਕਨ ਨੇ ਆਜ਼ਾਦੀ ਦੀ ਘੋਸ਼ਣਾ ਕਰਕੇ ਦਿਖਾ ਦਿੱਤੀ ਇਸੇ ਪ੍ਰਕਾਰ ਭਾਰਤ ਦੇ ਪੰਡਿਤ ਜਵਾਰलाल नेहरू ਨੇ 26 ਜਨਵਰੀ ਨੂੰ ਰਾਣੀ ਤਟ ਤੇ ਘੋਸ਼ਣਾ ਕੀਤੀ ਸੀ ਕਿ ਅਸੀਂ ਭਾਰਤ ਦੀ ਆਜ਼ਾਦੀ ਲੈ ਕੇ ਰਹਾਗੇ ਜਵਾਰ ਲਾਲ 네ਰੂ ਨੇ ਆਪਣੇ ਜੀਵਨ ਦੇ ਦੀ ਸੰਕਲਪ ਪੂਰਾ ਕਰਕੇ ਵਿਖਾਇਆ ਆਖਿਰਕਾਰਨ ਕੀ ਹੈ ਵਿਰਲੇ ਲੋਕ ਹੀ ਆਪਣਾ ਕਿਹਾ ਜਾਂ ਵਿਚਾਰਿਆ ਕੰਮ ਕਰਕੇ ਦਿਖਾਉਂਦੇ ਹੈ ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੈ ਕਿ ਉਤਸ਼ਾਹਪੂਰਨ ਨਿਸ਼ਚੇ ਵਿੱਚ बार-बार के निर्णय ਨੂੰ ਮੰਚ ਦੌਰਾਨ ਨਾਲ નિર્ણય ਨੂੰ ਕਾਰਜ ਰੂਪ ਦੇਣ ਦੀ ਪ੍ਰਤੀਕਿਰਿਆ ਕਰਨ ਚ ਕਿੰਨੀ ਗਜ਼ਬ ਦੀ ਸ਼ਕਤੀ ਹੁੰਦੀ ਹੈ ਇਸੇ ਪ੍ਰਕਾਰ ਦੇ ਕੰਮ ਉਦੋਂ ਹੀ ਸੰਭਵ ਹੁੰਦੇ ਹੈ ਜਦ ਵਿਅਕਤੀਆਂ ਨੂੰ ਇਸ ਗੱਲ ਦਾ ਪੂਰਨ ਰੂਪ ਚ ਨਿਸ਼ਚਾ ਹੋ ਜਾਏ ਕਿ ਜਿਸ ਕੰਮ ਨੂੰ ਕਰਨ ਦੀ ਉਹਨਾਂ ਨੇ ਠਾਣੀ ਹੈ ਉਹਨੂੰ ਪ੍ਰਾਣ ਪ੍ਰਣ ਨਾਲ ਪੂਰਾ ਕਰਨਾ ਜਦ ਮਨੁੱਖ ਇਕવાર ਇਸ ਨਿਸ਼ਚੇ ਨੂੰ ਦੁਹਰਾ ਕੇ ਆਪਣੇ ਅੰਦਰ ਅਪਣਾ ਲੈਂਦਾ ਹੈ ਉਸ ਚ ਆਪਣੇ ਆਪ ਇੱਕ ਮਹਾਨ ਸ਼ਕਤੀ ਆ ਜਾਂਦੀ ਹੈ ਫਿਰ ਉਹਦਾ ਨਿਸ਼ਚਾ ਵਿਸ਼ਵਾਸ اٹਟ ਹੋ ਜਾਂਦਾ ਹੈ ਇਸ ਵਿਸ਼ਵਾਸ ਦੇ ਕਾਰਨ ਉਹਦੀ ਕਾਰਜ ਯੋਗਤਾ ਦੀ ਸਮਰੱਥਾ ਆਪਣੇ ਆਪ کئی ਗੁਣਾ ਵੱਧ ਹੋ ਜਾਂਦੀ ਹੈ ਇਦੇ ਬਲ ਤੇ ਉਹ ਸਫਲਤਾ ਪ੍ਰਾਪਤ ਕਰ ਲੈਂਦਾ ਹੈ। ਤੋਪ ਨਾਲ ਗੋਲਾ ਸੁੱਟਿਆ ਜਾਂਦਾ ਹੈ ਬਹੁਤ ਦੂਰ ਜਾ ਕੇ गिरਦਾ ਹੈ ਆਪਣੀ ਸ਼ਕਤੀ ਨਾਲ ਉਹ ਨਹੀਂ ਜਾਂਦਾ। ਉਹਨੂੰ ਤਾਂ ਤੋਪ ਸੁੱਟਦੀ ਹੈ। ਇਸੇ ਪ੍ਰਕਾਰ ਮਨੁੱਖ ਦੀ ਆਤਮ ਸ਼ਕਤੀ ਹੁੰਦੀ ਹੈ ਜੋ ਉਹਨੂੰ ਇੱਕ ਉਦੇਸ਼ ਤੇ ਕੋਲ ਸੁੱਟਦੀ ਹੈ। ਇਸ ਸ਼ਕਤੀ ਦਾ ਨਾਂ ਸੰਕਲਪ ਹੈ। ਸੰਕਲਪ ਆਤਮ ਵਿਸ਼ਵਾਸ ਤੇ ਧ੍ਰਿੜ ਨਿਸ਼ਚੇ ਨਾਲ ਸੰਪੰਨ ਉਸ ਕਿਰਿਆ ਦਾ ਨਾਂ ਹੈ ਜਿਦੇ ਕਾਰਨ ਮਨੁੱਖ ਪ੍ਰਣ ਨਾਲ ਆਪਣਾ ਕੰਮ ਕਰਨ 'ਚ ਲੱਗ ਜਾਂਦਾ ਹੈ। ਇਸੇ ਸੰਕਲਪ ਦੇ ਕਾਰਨ ਉਹ ਆਪਣੀਆਂ ਸਾਰੀਆਂ ਇੰਦਰੀਆਂ ਕੰਮ 'ਚ ਲਗਾ ਦਿੰਦਾ ਹੈ। ਇੱਕਦਮ ਇੱਕ ਚਿੱਤ ਹੋ ਕੇ ਕੰਮ ਕਰਦਾ ਹੈ। ਹਰ ਇੱਕ ਪਲ ਉਹ ਆਪਣੇ ਕੰਮ ਨਾਲ ਸੰਬੰਧ ਰੱਖਦਾ ਹੈ। ਸੰਕਲਪ ਦੇ ਕਾਰਨ ਹੀ ਮਨੁੱਖ ਸਫਲਤਾ ਪ੍ਰਾਪਤ ਕਰਦਾ ਹੈ। ਕੁਝ ਲੋਕ ਅਕਸਰ ਕਿਹਾ ਕਰਦੇ ਆ ਈਸ਼ਵਰ ਦੀ ਕਿਰਪਾ ਹੋਈ ਤਾਂ ਤੇ ਜੇ ਕਿਸਮਤ ਨੇ ਸਾਥ ਦਿੱਤਾ ਤਾਂ ਇਹ ਬਿਲਕੁਲ ਗਲਤ ਗੱਲ ਹੈ। ਆਪਣੀ ਕਾਰਜ ਸ਼ਕਤੀ ਨੂੰ ਘਟ ਕਰਦੀਆਂ ਹਨ ਈਸ਼ਵਰ ਦੀ ਕਿਰਪਾ ਦਾ ਫਲਾਂ ਤੁਹਾਡੇ ਕੰਮ ਨਾਲ ਕੀ ਸੰਬੰਧ ਹੈ ਫਲਾਂ ਈਸ਼ਵਰ ਦੀ ਇੰਨੀ ਕਿਰਪਾ ਘੱਟ ਹੈ ਕਿ ਉਹਨੇ ਤੁਹਾਨੂੰ ਜਨਮ ਦੇ ਦਿੱਤਾ ਉਹਦੀ ਕਿਰਪਾ ਨਾਲ ਤੁਹਾਡਾ ਸਰੀਰ ਸਹੀ ਸਲਾਮਤ ਹੈ ਹੋਰ ਕੀ ਚਾਹੀਦੇ ਯਾਦ ਰੱਖੋ ਈਸ਼ਵਰ ਦੀ ਸਭ ਉਤੇ ਹਮੇਸ਼ਾ ਹਮੇਸ਼ਾ ਕਿਰਪਾ ਰਹਿੰਦੀ ਹੈ ਕਿਸਮਤ ਵੀ ਸਦਾ ਮਨੁੱਖ ਦਾ ਸਾਥ ਦਿਆਂ ਕਰਦੀ ਹੈ ਬਿਸ਼ਰਤੇ ਆਪਣੇ ਕੰਮ 'ਚ ਲੱਗ ਜਾਓ ਬਿਨਾ ਕੰਮ ਕੀਤੇ ਈਸ਼ਵਰ ਦੀ ਕਿਰਪਾ ਨਹੀਂ ਮਿਲਦੀ ਇਸ ਪ੍ਰਕਾਰ ਦੀਆਂ ਤੁਹਾਡੀ ਅੰਦਰੂਨੀ ਕਮਜ਼ੋਰੀ ਨੂੰ ਪ੍ਰਗਟ ਕਰਦੀਆਂ ਤੁਸੀਂ ਈਸ਼ਵਰ ਤੇ ਕਿਸਮਤ ਦਾ ਬਹਾਨਾ ਬਣਾਉਂਦੇ ਹੋ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਧੋਖਾ ਹੀ ਦਿੰਦੇ ਹੋ ਤੁਸੀਂ ਆਪਣੀ ਕਮਜ਼ੋਰੀ ਦੇ ਕਾਰਨ ਪ੍ਰਾਪਤ ਅਸਫਲਤਾ ਨੂੰ ਈਸ਼ਵਰ ਦੇ ਕਿਸਮਤ ਦੇ ਨਾਂ ਤੇ ਕਿਉਂ ਮੰਨਣਾ ਚਾਹੁੰਦੇ ਹੋ ਜਦੋਂ ਵੀ ਤੁਹਾਡਾ ਕੋਈ ਕੰਮ ਵਿਗੜ ਜਾਂਦਾ ਤੁਸੀਂ ਕਹਿ ਜਾਂਦੇ ਹੋ ਬੜੇ ਮਾੜੇ ਦਿਨ ਚੱਲ ਰਹੇ ਐ ਕਿਸਮਤ ਸਾਥ ਨਹੀਂ ਦਿੰਦੀ ਰੱਬ ਰੁੱਸਿਆ ਤੁਸੀਂ ਉਦੋਂ ਇਹ ਨਹੀਂ ਦੇਖਦੇ ਕਿ ਉਸ ਟ ਤੁਹਾਡੀ ਕੀ ਕਮਜ਼ੋਰੀ ਹੈ ਕਿਸਮਤ ਤੇ ਈਸ਼ਵਰ ਹਮੇਸ਼ਾ ਤੁਹਾਡਾ ਸਾਥ ਦੇਣ ਲਈ ਤਿਆਰ ਹੈ ਇੱਕ ਵਾਰ ਤੁਸੀਂ ਦੇਖੋ ਤਾਂ ਸਹੀ ਆਪਣੇ ਨਾਲ ਇਮਾਨਦਾਰੀ ਤਾਂ ਕਰਦੇ ਇਸ ਪ੍ਰਕਾਰ ਦੀ ਭਾਵਨਾ ਰੱਖ ਕੇ ਤੁਸੀਂ ਖੁਦ ਨੂੰ ਛਲਦੇ ਹੋ ਆਪਣੀ ਕਾਰਜ ਸ਼ਕਤੀ ਨੂੰ ਤੁਸੀਂ ਖੁੰਡੀ ਕਰਦੇ ਹੋ ਆਪਣੇ ਆਤਮ ਵਿਸ਼ਵਾਸ ਦਾ ਗਲਾ ਤੁਸੀਂ ਘੁੱਟਦੇ ਹੋ ਆਪਣੇ ਮਨ ਦੀ ਸੰਕਲਪ ਸ਼ਕਤੀ ਤੇ ਪਰਦਾ ਪਾ ਕੇ ਉਹਨੂੰ ਕਮਜ਼ੋਰ ਬਣਾਉਂਦੇ ਹੋ ਜੇ ਤੁਸੀਂ ਉਹਦੀ ਥਾਂ ਤੇ ਨਿਸ਼ਚਾਤਮਕ ਰੂਪ ਨਾਲ ਯਤਨ ਕਰੋ ਤਾਂ ਤੁਹਾਡਾ ਕੰਮ ਵਸ਼ ਬਣ ਸਕਦਾ ਹੈ ਕੁਝ ਲੋਕ ਇਸ ਪ੍ਰਕਾਰ ਦੇ ਵਿਅਕਤੀ ਹਨ ਕਿ ਸਭ ਕੁਝ ਈਸ਼ਵਰ ਤੇ ਛੱਡ ਦਿੰਦੇ ਹਨ ਕਿਸਮਤ ਵਿੱਚ ਹੋਏਗਾ ਮਿਲ ਜਾਏਗਾ ਈਸ਼ਵਰ ਦੀ ਕਿਰਪਾ ਲਈ ਤਾਂ ਜ਼ਰੂਰ ਕੰਮ ਬਣ ਜਾਏਗਾ ਮੈਂ ਕੀ ਕਹਿ ਸਕਦਾ ਭਗਵਾਨ ਦੀ ਮਰਜ਼ੀ ਹੋਏਗੀ ਤਾਂ ਗੱਲ ਬਣ ਜਾਏਗੀ ਇਸ ਪ੍ਰਕਾਰ ਦੀ ਸ਼ਬਦਾਵਲੀ ਤੁਹਾਡੇ ਜਾਂ ਜਿਆ ਕਹਿਣ ਵਾਲੇ ਦੇ ਮਨ ਦੀ ਦੁਰਬਲਤਾ ਤੇ ਉਹਦੇ ਸੰਕਲਪਹੀਣਤਾ ਦਾ ਸੂਚਕ ਹੈ ਮਨ ਦਾ ਸੰਕਲਪ ਤੇ ਜਾਗਰਤ ਨਾ ਕਰਨ ਵਾਲੇ ਇਸ ਪ੍ਰਕਾਰ ਕਿਸਮਤ ਤੇ ਈਸ਼ਵਰ ਤੇ ਆਸ਼ਰਿਤ ਹੁੰਦੇ ਹੈ ਇਹ ਗੱਲ ਕਦੇ ਨਾ ਭੁੱਲੋ ਕਿ ਕਿਸਮਤ ਤੇ ਈਸ਼ਵਰ ਹਰ ਮਨੁੱਖ ਦੇ ਨਾਲ ਹੈ ਨਾ ਤਾਂ ਕਦੇ ਕਿਸਮਤ ਤੁਹਾਡਾ ਬੁਰਾ ਚਾਹੁੰਦੀ ਹੈ ਤੇ ਨਾ ਹੀ ਈਸ਼ਵਰ ਦੋਨੋਂ ਤੁਹਾਡੇ ਸਹਾਇਕ ਹਨ ਇਹ ਦੋਵੇਂ ਸੰਕਲਪ ਤੇ ਬਲ ਨਾਲ ਤੁਹਾਡਾ ਕਦੇ ਇਹ ਤ ਨਹੀਂ ਕਰਨਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਚ ਦ੍ਰਿੜ ਨਿਸ਼ਚਾ ਤੇ ਆਤਮ ਵਿਸ਼ਵਾਸ ਦੇ ਨਾਲ ਇਸ ਗੱਲ ਦਾ ਸੰਕਲਪਤਾ ਕਰੋ ਮੈਂ ਸਾਹਾ ਸਮੈ ਕਰਤਾ ਹਾਂ ਮੈਂ ਤੰਦਰੁਸਤ ਹਾਂ ਮੈਂ ਉਤਸ਼ਾਹ ਹਾਂ ਮੈਂ ਸ਼ਕਤੀ ਹਾਂ ਮੈਂ ਬਲ ਹਾਂ ਮੈਂ ਅਥਾ ਤਨ ਸੰਪਤੀ ਹਾਂ ਮੈਂ ਵਿਸ਼ਾਲ ਹਾਂ ਮਹਾਨ ਹਾਂ ਮੈਂ ਪੂਰਤੀ ਦੀ ਅਮਿੱਟ ਗੰਗਾ ਦਾਇਕ ਅੰਸ਼ਾਂ ਮੈਂ ਧਨ ਸੰਪੰਨ ਹਾਂ ਮੈਨੂੰ ਸੰਸਾਰ ਦੇ ਸਮਗਰ ਪਦਾਰਥ ਵਿਰਾਸਤ ਵਿੱਚ ਮਿਲੇ ਹਨ ਮੈਂ ਈਸ਼ਵਰ ਦਾ ਈਸ਼ਵਰ ਦਾਇਕ ਮਹਾਨ ਅੰਸ਼ਾਂ ਇਸ ਪ੍ਰਕਾਰ ਦਾ ਸੰਕਲਪ ਜਦ ਤੁਸੀਂ ਕਰੋਗੇ ਇਸ ਪ੍ਰਕਾਰ ਦੇ ਦ੍ਰਿੜ ਨਿਸ਼ਚੇ ਦੇ ਨਾਲ ਕੰਮ ਕਰੋਗੇ ਤਾਂ ਤੁਹਾਡਾ ਕੰਮ ਬਣੇਗਾ ਸੰਕਲਪ ਚ ਮਹਾਨ ਸ਼ਕਤੀ ਹੈ ਇੱਕ ਵਾਰ ਤੁਸੀਂ ਸੰਕਲਪ ਕਰੋ ਮੈਂ ਫਲਾਣਾ ਕੰਮ ਪੂਰਾ ਕਰਕੇ ਰਹਾਗਾ ਦ੍ਰਿੜਤਾ ਪੂਰਵਕ ਲਗਾਤਾਰ ਟੁੱਟ ਨਿਸ਼ਚੈ ਕਰੋ ਆਪਣੇ ਨਾਲ ਪ੍ਰਤੀਗਿਆ ਕਰੋ ਆਪਣੀ ਅੱਗੇ ਵਧਣ ਦੀ ਇੱਛਾ ਤੇ ਉਹਦੀ ਪੂਰਤੀ ਲਈ ਮਿਹਨਤ ਚ ਲੱਗ ਜਾਓ ਆਪਣੀ ਸਫਲਤਾ ਤੇ ਵਿਸ਼ਵਾਸ ਰੱਖੋ ਤੇ ਦੇਖੋ ਕਿਵੇਂ ਕੰਮ ਨਹੀਂ ਬਣਦਾ ਸੰਕਲਪ ਮਨ ਦਾ ਇੱਕ ਨਿਸ਼ਚਾ ਵਿਸ਼ੇਸ਼ ਹੈ ਸਵੇਰੇ ਉੱਠ ਕੇ ਤੁਸੀਂ ਨਿਸ਼ਚਾ ਕਰ ਲਿਆ ਕਿ ਅੱਜ ਫਲਾਣਾ ਕੰਮ ਕਰਕੇ ਰਹਾਂਗਾ ਬਣਾਏ ਹੋਏ ਨਿਸ਼ਚੇ ਦੇ ਨਾਲ ਤੁਸੀਂ ਉਸ ਕੰਮ 'ਚ ਲੱਗ ਜਾਓ ਦੇਖੋ ਤੁਹਾਡਾ ਉਹ ਕੰਮ ਕਿਵੇਂ ਪੂਰਾ ਨਹੀਂ ਹੁੰਦਾ ਜ਼ਰੂਰ ਹੋਏਗਾ ਤੁਸੀਂ ਕਰਨਾ ਤਾਂ ਸ਼ੁਰੂ ਕਰੋ ਸੰਕਲਪ ਕਰਨ ਦੇ ਬਾਅਦ ਤੁਸੀਂ ਕੰਮਾਂ ਨੂੰ ਕਰੋ ਤਾਂ ਉਸ ਵਿੱਚ ਕਿਸੇ ਪ੍ਰਕਾਰ ਦੀ ਸ਼ੰਕਾ ਕੁਸ਼ੰਕਾ ਜਾਂ ਢਿਲ ਨਾ ਆਉਣ ਦਿਓ ਜੇ ਅਜਿਹਾ ਹੋ ਗਿਆ ਤਾਂ ਪਲੱਕੀ ਕੰਮ ਬਣ ਸਕਦਾ ਹੈ ਕੁਝ ਦੇਰ ਤੱਕ ਤੁਸੀਂ ਕੰਮ ਕੀਤਾ ਉਹਦੇ ਬਾਅਦ ਤੁਸੀਂ ਕੰਮ ਰੋਕ ਦਿੱਤਾ ਆਰਾਮ ਫਰਮਾਨ ਲੱਗੇ ਤਾਂ ਕੀ ਹੋਏਗਾ ਕਿਵੇਂ ਗੱਲ ਬਣੇਗੀ ਸੰਕਲਪ ਕਿਵੇਂ ਪੂਰਾ ਹੋਏਗਾ ਸੰਕਲਪ ਪੂਰਾ ਕਰੋ ਫਿਰ ਉਹਦਾ ਚਮਤਕਾਰ ਦੇਖੋ ਕੁਛ ਹੀ ਸਮੇਂ ਬਾਅਦ ਤੁਹਾਡੀ ਸਾਰੀ ਦਸ਼ਾ ਵਿੱਚ ਪਰਿਵਰਤਨ ਆ ਜਾਏਗਾ ਬਿਨਾ ਸੰਕਲਪ ਦੇ ਤੁਸੀਂ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਸੰਕਲਪ ਦੇ ਪ੍ਰਭਾਵ ਨਾਲ ਮਨੁੱਖ ਆਪਣੀ ਕਾਇਆ ਕਲਪ ਕਰ ਸਕਦਾ ਹੈ ਤੁਹਾਡਾ ਕੋਈ ਵੀ ਕੰਮ ਹੋਵੇ ਜਦੋਂ ਤੱਕ ਸੰਕਲਪ ਸ਼ਕਤੀ ਦਾ ਉਸ ਉੱਤੇ ਪ੍ਰਭਾਵ ਨਾ ਹੋਏਗਾ ਉਹ ਪੂਰਾ ਨਹੀਂ ਹੋਏਗਾ ਭਾਰਤ ਵਿੱਚ ਜੈਨ ਮੁਨੀਆਂ ਦਾ ਇੱਕ ਸੰਪਰਦਾਇ ਹੈ ਇਸ ਵਿੱਚ ਦਿਗੰਬਰ ਵੀ ਹਨ ਦਿਗੰਬਰ Muni ਸਵੇਰੇ ਉੱਠ ਕੇ ਸੰਕਲਪ ਕਰਦੇ ਹਨ ਅੱਜ ਜਦੋਂ ਤੱਕ ਮੈਂ ਕਾਲੀ ਗਊ ਨਹੀਂ ਦੇਖ ਲਾਂਗਾ ਉਦੋਂ ਤੱਕ ਭੋਜਨ ਕੀ ਜਲ ਵੀ ਗ੍ਰਹਿਣ ਨਹੀਂ ਕਰਾਂਗਾ ਉਹ ਆਪਣੇ ਸੰਕਲਪ ਉੱਤੇ ਦ੍ਰਿੜ ਰਹਿ ਜਾਂਦੇ ਹਨ ਜਦੋਂ ਕਾਲੀ ਗਊ ਦਿਖੇਗੀ ਉਦੋਂ ਹੀ ਜਲ ਲੈਣਗੇ ਭਾਵੇਂ ਸਾਰਾ ਦਿਨ ਨਿਕਲ ਜਾਏ ਇਸ ਪ੍ਰਕਾਰ ప్రతి ਦਿਨ ਕਈ ਪ੍ਰਕਾਰ ਦੇ ਸੰਕਲਪ ਲੈਣ ਦੇ ਬਾਅਦ ਉਪੋਜਨਾਤ ਕਰਦੇ ਹੈ ਅਜਿਹਾ ਕਰਦੇ ਰਹਿਣ ਨਾਲ ਉਹਨਾਂ ਦੀ ਸੰਕਲਪ ਸ਼ਕਤੀ ਵੱਧਦੀ ਰਹਿੰਦੀ ਹੈ ਫਿਰ ਇਹ અત્યੰਤ प्रबल ਹੋ ਜਾਂਦੀ ਹੈ ਕੁਝ Muni ਤਾਂ ਇਸ ਦਸ਼ਾ ਚ ਆ ਗਏ ਹੈ ਕਿ ਉਹਨਾਂ ਦਾ ਕੋਈ ਵੀ ਸੰਕਲਪ ਬਿਨਾਂ ਤਤਕਾਲ ਪੂਰਾ ਹੋਏ ਨਹੀਂ ਰਹਿੰਦਾ ਇਸ ਪ੍ਰਕਾਰ ਆਪਣੇ ਆਪ ਉਹਨਾਂ ਵਿੱਚ ਇੱਕ ਚਮਤਕਾਰਕ ਸ਼ਕਤੀ ਆ ਜਾਂਦੀ ਹੈ ਉਹਨਾਂ ਦੀਆਂ ਇੱਛਾਵਾਂ ਫੌਰਨ ਹੀ ਪੂਰੀਆਂ ਹੋ जाया ਕਰਦੀਆਂ ਉਹਨਾਂ ਵਿੱਚ ਇਹ ਸ਼ਕਤੀ ਕਿੰਨੀ ਮਿਹਨਤ ਕਸ਼ਟ ਨਾਲ ਆਈ ਹੈ ਇਸ ਗੱਲ ਨੂੰ ਉਹੀ ਜਾਣਦੇ ਹੈ ਸ਼ুরু-ਸ਼ੁਰੂ ਚ ਆਪਣਾ ਸੰਕਲਪ ਪੂਰਾ ਕਰਨ ਵਿੱਚ ਉਹਨਾਂ ਨੂੰ 4-4 ਦਿਨ ਭੁੱਖੇ ਪਿਆਸੇ ਰਹਿਣਾ ਪਿਆ। ਸੰਕਲਪ ਸ਼ਕਤੀ ਦਾ ਅਤਿਅੰਤ ਪ੍ਰਭਾਵ ਹੁੰਦਾ ਹੈ। ਇਸ ਕਾਰਨ ਤੁਸੀਂ ਜੋ ਕਹੋ ਨਿਸ਼ਚਾ ਕਰੋ ਉਹਨੂੰ ਜ਼ਰੂਰ ਪੂਰਾ ਕਰੋ। ਪੂਰਾ ਕਰਨ ਚ ਤੁਹਾਨੂੰ ਮਿਹਨਤ ਕਰਨੀ ਪਵੇਗੀ। ਮਿਹਨਤ ਕਰਨ ਤੋਂ ਤੁਸੀਂ ਡਰਦੇ ਕਿਉਂ? ਈਸ਼ਵਰ ਤੇ ਕਿਸਮਤ ਤੁਹਾਡੇ ਨਾਲ ਹੈ। ਤੁਸੀਂ ਅੱਗੇ ਵਧ ਕੇ ਅਟੁੱਟ ਵਿਸ਼ਵਾਸ ਦੇ ਨਾਲ ਕੰਮ ਕਰੋ। ਕਿ ਮੈਂ ਅਵਸ਼ ਸਫਲ ਹੋਵਾਂਗਾ ਇੱਕ ਇੱਕ ਸੰਕਲਪ ਹੈ ਕਾਰਜ ਰੂਪ ਚ ਬਦਲ ਕੇ ਪੂਰਾ ਕਰੋ ਇੱਕ ਵੀ ਕਦਮ ਪਿੱਛੇ ਨਾ ਹਟਾਓ ਯਾਦ ਰੱਖੋ ਇਸ ਦੁਨੀਆ ਚ ਐਸੀ ਐਸੀ ਲੋਕ ਵੀ ਹੈ ਜੋ 18 18 ਘੰਟੇ ਕੰਮ ਕਰਦੇ ਹੈ ਉਹਨਾਂ ਦਾ ਜੀਵਨ ਦੇਖੋ ਕਿੰਨਾ ਸਫਲ ਤੇ ਆਨੰਦਮਈ ਹੈ ਕਿੰਨੀ ਮਿਹਨਤ ਕਰਦੇ ਰਹਿਣ ਨਾਲ ਹੀ ਉਹ ਅੱਜ ਮਹਾਨ ਪੁਰਸ਼ ਬਣੇ ਹੈ ਸੰਸਾਰ ਦੇ ਰਾਜ ਨੇਤਾਵਾਂ ਦਾ ਜੀਵਨ ਦੇਖਿਆ ਤੁਸੀਂ ਸੰਸਾਰ ਦੇ ਰਾਜਨੀਤਿਕਾਂਵਾਂ ਦੇ ठाट-ਬਾਟ ਤੇ ਸੁਰੱਖਿਆ ਪ੍ਰਬੰਧ ਵੇਖ ਕੇ ਤੁਸੀਂ ਸੋਚਦੇ ਹੋਗੇ ਕਿ ਬੜਾ ਸੁਖਦਾ ਜੀਵਨ ਹੈ ਪਰ ਕੀ ਤੁਸੀਂ ਕਦੇ ਇਹਨਾਂ ਦੀ ਦਿਨਚਰਿਆ ਨੂੰ ਵੇਖਿਆ ਕਿੰਨੀ ਵਿਅਸਤ ਦਿਨਚਰਿਆ ਰਹਿੰਦੀ ਹੈ ਉਹਨਾਂ ਦੇ 18-18 ਘੰਟੇ ਰੋਜ਼ਾਨਾ ਦੇ ਵਿਅਸਤ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਦਿਮਾਗਾਂ ਉੱਤੇ ਕਿੰਨਾ ਬੋਝ ਰਹਿੰਦਾ ਹੈ ਕਿਸ ਪ੍ਰਕਾਰ ਦੇ ਮਾਨਸਿਕ ਤਣਾਵਾਂ 'ਚੋਂ ਜਿਉਂਦੇ ਆ ਇਹਦੀ ਕਲਪਨਾ ਤੱਕ ਤੁਸੀਂ ਨਹੀਂ ਕਰ ਸਕਦੇ ਇਹਦੇ باوجود ਉਹ ਸਫਲ ਇਸ ਲਈ ਰਹਿੰਦੇ ਆ ਕਿ ਇੱਕ ਸੰਕਲਪ ਦੇ ਨਾਲ ਕੰਮ ਕਰਦੇ ਆ ਜਦੋਂ ਤੁਸੀਂ ਕਿਸੇ ਗੱਲ ਦਾ ਸੰਕਲਪ ਕਰ ਲੈਂਦੇ ਹੋ ਫਿਰ ਉਹਨੂੰ ਪੂਰੀ ਤਾਕਤ ਦੇ ਨਾਲ ਨਿਭਾਓ ਸੰਕਲਪ ਦਾ ਸੁਖ ਤਾਂ ਹੀ ਤੁਹਾਨੂੰ ਮਿਲ ਸਕਦਾ ਹੈ ਬਿਨਾਂ ਸੰਕਲਪ ਕੀਤੇ ਅੱਜ ਤੱਕ ਕੋਈ ਵੀ ਮਨੁੱਖ ਆਪਣੇ ਜੀਵਨ 'ਚ ਸਫਲਤਾ ਨਹੀਂ ਪਾ ਸਕਿਆ ਉਹਨਾਂ ਨੇ ਆਪਣੇ ਜੀਵਨ ਨੂੰ ਵਿਸ਼ਵਾਸ ਨਾਲ ਭਰ ਰੱਖਿਆ ਹੈ ਸਫਲਤਾ ਨੂੰ ਆਪਣਾ ਜਨਮ ਸਿੱਧ ਅਧਿਕਾਰ ਮੰਨਦੇ ਹੈ ਇਸ ਗੱਲ ਦਾ ਪੂਰਾ ਵਿਸ਼ਵਾਸ ਰੱਖਦੇ ਹੈ ਕਿ ਸਫਲਤਾ ਪ੍ਰਾਪਤ ਕਰਕੇ ਰਹਿਾਂਗੇ ਤੁਹਾਨੂੰ ਵੀ ਇਸੇ ਪ੍ਰਕਾਰ ਦੇ ਵਿਚਾਰਾਂ ਨੂੰ ਮਨ 'ਚ ਲਿਆਉਣਾ ਪਵੇਗਾ ਤੁਹਾਡੇ ਮਨ ਵੀ ਮਨ ਦੀ ਕੁਝ ਇਸ ਪ੍ਰਕਾਰ ਦੀ ਆਦਤ ਹੋਣੀ ਚਾਹੀਦੀ ਹੈ ਕਿ ਇਸ ਗੱਲ ਦਾ ਦਾਵਾ ਕਰੇ ਕਿ ਇਹ ਕੰਮ ਮੇਰਾ ਹੈ ਇਸ ਕੰਮ ਤੋਂ ਮੈਂ ਨਿਸ਼ਚਿਤ ਰੂਪ ਵਿੱਚ ਸਫਲਤਾ ਪ੍ਰਾਪਤ ਕਰਕੇ ਰਹਾਂਗਾ ਮੈਂ ਆਪਣੇ ਮਨ ਦੀ ਇਸ ਇੱਛਾ ਨੂੰ ਪੂਰੀ ਕਰਕੇ ਰਹਾਂਗਾ ਜਦੋਂ ਤੁਸੀਂ ਇਸ ਪ੍ਰਕਾਰ ਦਾ ਸੰਕਲਪ ਲੈਂਦੇ ਹੋ ਤਾਂ ਆਪਣੇ ਆਪ ਇੱਕ ਸ਼ਕਤੀ ਤੁਹਾਡੇ 'ਚ ਉਤਪਨ ਹੋ ਜਾਂਦੀ ਹੈ ਸੰਕਲਪ ਨਾਲ ਤੁਹਾਡੇ ਜੀਵਨ 'ਚ ਫੇਰ ਕਮਾਲ ਦਾ ਪਰਿਵਰਤਨ ਲਿਆ ਦਿੰਦੀ ਹੈ ਸੰਕਲਪ ਨਾਲ ਵਿਸ਼ਵਾਸ ਪੈਦਾ ਹੁੰਦਾ ਹੈ ਵਿਸ਼ਵਾਸ ਨਾਲ ਕਰਮੱਠਤਾ ਕਰਮੱਠਤਾ ਨਾਲ ਲਗਨ ਲਗਨ ਨਾਲ ਮਿਹਨਤ ਤੇ ਮਿਹਨਤ ਨਾਲ ਕਾਰਜ ਕੁਸ਼ਲਤਾ ਫਿਰ ਸਫਲਤਾ ਚਲੀ ਆਉਂਦੀ ਹੈ ਵਿਸ਼ਵਾਸ ਫਲਦਾਇਕ ਗਲ ਭਾਰ ਦੇ ਗ੍ਰੰਥਾਂ ਚ ਕਹੀ ਗਈ ਹੈ ਵਿਸ਼ਵਾਸ ਫਲਦਾਇਕ ਹੁੰਦਾ ਹੈ ਵਿਸ਼ਵਾਸ ਤੇ ਹੀ ਤਾਂ ਆਦਮੀ ਚਾਹੁੰਦਾ ਹੈ ਇਸੇ ਵਿਸ਼ਵਾਸ ਦੇ ਬਲ ਉੱਤੇ ਤੁਸੀਂ ਨਾ ਸਿਰਫ ਕਰੋੜਪਤੀ ਬਲਕਿ ਸਭ ਕੁਝ ਬਣ ਸਕਦੇ ਹੋ ਅਰਥਾਤ ਅਪਾਰ ਧਨ ਰਾਸ਼ੀ ਦੇ ਸਵਾਮੀ ਬਣ ਸਕਦੇ ਹੋ ਸੰਕਲਪ ਇੱਕ ਪ੍ਰਕਾਰ ਨਾਲ ਨਿਰਨਾਤਮਕ ਨਿਸ਼ਚਾ ਹੁੰਦਾ ਹੈ ਖੂਬ ਸੋਚ ਸਮਝ ਕੇ ਅੰਤਿਮ ਨਿਰਣਾ ਕਰਨ ਤੇ ਬਾਦ ਕੀਤਾ ਗਿਆ ਨਿਸ਼ਚੈ ਸੰਕਲਪ ਦਾ ਰੂਪ ਲੈ ਕੇ ਫਿਰ ਉਹ ਤੁਹਾਨੂੰ ਮਨ ਚਾਹਿਆ ਫਲ ਦਿੰਦਾ ਜਦੋਂ ਤੱਕ ਤੁਸੀਂ ਨਿਸ਼ਚਾਤਮਕ ਨਿਰਣਾ ਨਹੀਂ ਕਰ ਲਓਗੇ ਉਦੋਂ ਤੱਕ ਤੁਸੀਂ ਕੁਝ ਨਹੀਂ ਕਰ ਸਕੋਗੇ ਜੀਵਨ ਦੀਆਂ ਤੁਸੀਂ ਜੋ ਵੀ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ ਉਹਨਾਂ ਲਈ ਤੁਹਾਨੂੰ ਇਸੇ ਪ੍ਰਕਾਰ ਦਾ ਸੰਕਲਪ ਲੈਣਾ ਪਏਗਾ ਸੰਕਲਪ ਕਰੋ ਅੱਗੇ ਵਧੋ ਕੋਈ ਵੀ ਕੰਮ ਸ਼ੁਰੂ ਕਰਨ ਦੇ ਲਈ ਤੁਸੀਂ ਇਸ ਗੱਲ ਤੇ ਨਾ ਛੱਟਪਟਾਓ ਜਾਂ ਆਪਣੇ ਆਪਣਾ ਮਨ ਛੋਟਾ ਨਾ ਕਰੋ ਕਿ ਤੁਹਾਡੇ ਲਈ ਤੁਹਾਡੇ ਕੋਲ ਫਲਾਣੀ ਚੀਜ਼ ਨਹੀਂ ਹੈ ਸਾਧਨ ਦੀ ਘਾਟ ਤੁਸੀਂ ਆਪਣਾ ਕੰਮ ਕਦੇ ਨਾ ਰੋਕ ਸਾਧਨ ਆਪਣੇ ਆਪ ਬਣਦੇ ਜਾਣਗੇ ਆਪਣੇ ਆਪ ਖੁਦ ਹੀ ਤੁਹਾਨੂੰ ਰਾਹ ਮਿਲ ਜਾਏਗਾ आत्मविश्वास ਤੋਂ ਉਤਪੰਨ ਸੰਕਲਪ ਤੁਹਾਡੇ ਅਧਿਕਾਰਪੂਰਨ ਜੀਵਨ ਪਥ ਵਿੱਚ ਮਿਸ਼ਾਲ ਦਾ ਕੰਮ ਕਰਦਾ ਹੈ ਤੁਹਾਨੂੰ ਰੋਸ਼ਨੀ ਦਿਖਾਉਂਦਾ ਹੈ ਤੁਹਾਡਾ ਪਥ ਪ੍ਰਦਰਸ਼ਨ ਕਰਦਾ ਹੈ ਹਰ ਵਾਰ ਜਦੋਂ ਤੁਸੀਂ ਠੋਕਰ ਖਾ ਕੇ ਡਿੱਗ ਪੈਂਦੇ ਹੋ ਤਾਂ ਤੁਹਾਨੂੰ ਉਠਾ ਕੇ ਨਵੀਂ ਸ਼ਕਤੀ ਦਿੰਦਾ ਹੈ ਅੱਗੇ ਬਤਾਉਂਦੇ ਤੁਸੀਂ ਸੰਕਲਪ ਕਰ ਲਓ ਤੁਸੀਂ ਕਰੋੜਪਤੀ ਬਣਨਾ ਹੈ ਜੇਬ 'ਚ ਤੁਹਾਡੇ ਕੋਲ ਇੱਕ ਵੀ ਪੈਸਾ ਨਾ ਹੋਣ ਤੇ ਤੁਸੀਂ ਤੈਅ ਕਰ ਲਓ ਇਹ ਗੱਲ ਵੈਸੇ ਕਾਫੀ ਮੂਰਖਤਾਪੂਰਨ ਤੇ ਹਸਾਉਣੀ ਲੱਗੇਗੀ ਕਿ ਜੇਬ 'ਚ ਇੱਕ ਪੈਸਾ ਨਹੀਂ ਤੇ ਤੁਸੀਂ ਕਰੋੜਪਤੀ ਬਣਨ ਦੀ ਪ੍ਰਤੀਜ्ञਾ ਕਰੋ ਹੈ ਨਾ ਇੱਕ ਗਹਿਰਾ ਵਿਅੰਗ ਘਰ ਦਾਣੇ ਨਹੀਂ ਮਾਂ ਘਰਾਟੇ ਅੜਦੀ ਹੈ ਕਹਾਵਤ ਸ਼ਾਇਦ اسی ਕਲਪਨਾ ਉੱਤੇ ਕਹੀ ਗਈ ਹੈ ਕਰੋੜਪਤੀ ਜੇਬ 'ਚ ਇੱਕ ਪੈਸਾ ਨਹੀਂ ਜੇ ਝੁੱਗੀ ਝੌਂਪੜੀ 'ਚ ਰਹਿਣ ਵਾਲਾ ਇੱਕ ਪੁਰਸ਼ ਬਾਹਰ ਨਿਕਲੇ ਇਸ ਗੱਲ ਦੀ ਕੋਸ਼ਨਾ ਕਰੇ ਕਿ ਉਹਨੇ ਕਰੋੜਪਤੀ ਬਣਨ ਦਾ ਫੈਸਲਾ ਕੀਤਾ ਆਸ ਪੜੋਸ ਦੇ ਲੋਕ ਉਹਦਾ ਕਿੰਨਾ ਮਜ਼ਾਕ ਉਡਾਉਣਗੇ ਇਹਦੀ ਤੁਸੀਂ ਕਲਪਨਾ ਕਰ ਸਕਦੇ ਹੋ ਬਹੁਤ ਸਾਰੇ ਤਾਂ ਸਮਝਣਗੇ ਉਹ پاگل ਹੋ ਗਏ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਆਪਣੇ ਸੰਕਲਪ ਦੀ ਘੋਸ਼ਣਾ ਨਾ ਕਰੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਨਹੀਂ ਇਹ ਗੱਲ ਕਿਸੇ ਤੇ ਪ੍ਰਗਟ ਨਾ ਹੋਣ ਦਿਓ ਸਿਰਫ ਆਪਣਾ ਸੰਕਲਪ ਆਪਣੇ ਤੱਕ ਸੀਮਤ ਰੱਖੋ ਉਸ ਸੰਕਲਪ ਨੂੰ ਦ੍ਰਿੜਤਾ ਦੇ ਨਾਲ ਦਿਲ 'ਚ ਸੰਜੋ ਕੇ ਰੱਖਣ ਦੇ ਨਾਲ-ਨਾਲ ਆਪਣਾ ਕੰਮ ਸ਼ੁਰੂ ਕਰ ਦਿਓ ਦ੍ਰਿੜ ਆਤਮ ਪ੍ਰਤੀਗਿਆ ਵਿੱਚ ਅ타 ਸ਼ਕਤੀ ਹੈ ਉਤਸ਼ਾਹਪੂਰਵਕ ਆਪਣਾ ਕੰਮ ਕਰੋ। ਦ੍ਰਿੜ ਸੰਕਲਪ ਕਰ ਲਓ ਕਿ ਇਹ ਤਾਂ ਤੁਸੀਂ ਕਰਨਾ ਹੈ। ਇਸ ਸੰਕਲਪ ਦਾ ਪ੍ਰਭਾਵ ਹੋਏਗਾ। ਜਦੋਂ ਇੱਕ ਵਾਰੀ ਤੁਸੀਂ ਨਿਰਣੇ ਦੇ ਪਿੱਛੇ ਆਪਣੀ ਸੰਪੂਰਨ ਸ਼ਕਤੀ ਲਗਾ ਦਿਓਗੇ ਤਾਂ ਆਪਣੇ ਕੰਮ ਨੂੰ ਸਫਲ ਬਣਾਉਣ 'ਚ ਕੁਝ ਕਸਰ ਨਹੀਂ ਉਠਾ ਰੱਖੋਗੇ। ਇਸ ਪ੍ਰਕਾਰ ਤੁਹਾਡਾ ਮਾਰਗ ਉਦੋਂ ਤੱਕ ਕੋਈ ਨਹੀਂ ਰੋਕ ਸਕਦਾ। ਤੁਸੀਂ ਨਿਸ਼ਚਿਤ ਰੂਪ 'ਚ ਸਫਲਤਾ ਪ੍ਰਾਪਤ ਕਰਕੇ ਰਹੋਗੇ। ਸੰਕਲਪ ਵਿੱਚ ਮਹਾਨ ਸ਼ਕਤੀ ਹੁੰਦੀ ਹੈ। ਅਕਸਰ ਕਈ ਵਾਰ ਤੁਸੀਂ ਅਨੁਭਵ ਕੀਤਾ ਹੋਵੇਗਾ ਜਦੋਂ ਤੱਕ ਕੋਈ અપਮਾਨਜਨਕ ਗੱਲ ਹੋ ਜਾਂਦੀ ਹੈ ਤੁਹਾਨੂੰ ਗੱਲ ਚੁੱਭ ਜਾਂਦੀ ਹੈ ਉਦੋਂ ਤੁਸੀਂ ਕਿਸ ਬੇਕਰਾਰੀ ਦੇ ਨਾਲ ਉਹਦਾ ਬਦਲਾ ਲੈਣ ਲਈ ਤਿਆਰ ਹੋ ਜਾਂਦੇ ਹੋ ਕਿਸ ਤਰ੍ਹਾਂ ਰਾਤ ਦਿਨ ਉਦੇੜ ਬੁੰਚ ਪੈ ਜਾਂਦੇ ਹੋ ਤੁਹਾਡੀ ਆਤਮਾ ਨੂੰ ਝੋਟ ਲੱਗੀ ਹੁੰਦੀ ਹੈ ਤੁਸੀਂ ਤਿਲ ਮਿਲਾਏ ਰਹਿੰਦੇ ਹੋ ਇਸੇ ਪ੍ਰਕਾਰ ਦਾ ਆਪਣਾ ਕੰਮ ਆਪਣੀ ਸਫਲਤਾ ਦੇ ਲਈ ਵੀ ਤੁਸੀਂ ਕਰੋ ਤਾਂ ਕਿਵੇਂ ਰਹੇ ਕੁਝ ਇਸ ਪ੍ਰਕਾਰ ਦੀਆਂ ਹੀ ਭਾਵਨਾਵਾਂ ਮਨ 'ਚ ਲਿਆਓ ਆਪਣੀ ਪੂਰੀ ਤਾਕਤ ਨਾਲ ਲੱਗ ਜਾਓ ਇੱਕ ਸੰਕਲਪ ਹੀ ਆਪਣੇ ਪਰਭਾਵ ਨਾਲ ਤੁਹਾਡੀ ਇੱਛਾ ਪੂਰੀ ਕਰ ਸਕਦਾ ਹੈ ਤੁਸੀਂ ਖੁਦ ਇਹਦਾ ਅਨੁਭਵ ਕਰ ਸਕਦੇ ਹੋ ਧੰਨਵਾਦ